ਚਾਹੀਦਾ। ਅੱਗੇ ਵੱਧਦੇ ਹਾਂ ਅਗਲੀ ਖਬਰ ਦਾ ਰੁਖ ਹੋਏਗਾ, ਅਗਲੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਖਬਰ ਫਾਜ਼ਿਲਕਾ ਤੋਂ ਹੈ, ਜਿੱਥੇ ਮੰਡੀਆਂ ਦੇ ਵਿੱਚ ਬੈਠਾ ਅੰਨਦਾਤਾ ਪਰੇਸ਼ਾਨ ਹੋ ਰਿਹਾ ਹੈ। ਆੜ੍ਹਤੀਆਂ ਅਤੇ ਰਾਈਸ ਮਿਲਰਸ ਵਿਚਾਲੇ ਵਿਵਾਦ ਚੱਲ ਰਿਹਾ, ਜਿਸ ਵਜ੍ਹਾ ਨਾਲ ਕਿਸਾਨ ਮੰਡੀਆਂ 'ਚ ਬੈਠੇ ਪਰੇਸ਼ਾਨ ਹੋ ਰਹੇ ਨੇ। ਕਿਸਾਨ ਆਪਣੀ ਮਿਹਨਤ ਦੀ ਕਮਾਈ ਨੂੰ ਲੈ ਕੇ ਮੰਡੀ ਇਸ ਉਮੀਦ ਤੋਂ ਆਇਆ ਕਿ ਉਸਦੀ ਫਸਲ ਵਿਕੇਗੀ ਤਾਂ ਕੁਝ ਪੈਸਾ ਮਿਲੇਗਾ, ਅਤੇ ਪੈਸਾ ਮਿਲੇਗਾ ਤਾਂ ਦੀਵਾਲੀ ਸ਼ਾਨਦਾਰ ਹੋਵੇਗੀ। ਪਰ ਅਫਸੋਸ, ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਹ ਤਸਵੀਰਾਂ ਫਾਜ਼ਿਲਕਾ ਦੀ ਮੰਡੀ ਦੀਆਂ ਨੇ। ਇੱਥੇ ਕਿਸਾਨ ਫਸਲ ਦੀ ਖਰੀਦ ਨਾ ਹੋਣ ਨਾਲ ਪਰੇਸ਼ਾਨ ਨੇ, ਇਹਨਾਂ ਦਾ ਦਰਦ ਸੁਣੋ। ਬਾਸਪਤੀ ਝੋਨਾ ਅੱਜ ਸਾਨੂੰ 4 ਦਿਨ ਹੋ ਗਏ ਜੀ, ਅਸੀਂ ਵੇਚਣ ਬਾਰੇ ਕਹਿ ਰਹੇ ਜੀ ਵੀ ਵੇਚਣਾ, ਆਹ 4 ਦਿਨ ਹੋ ਗਏ ਵਿੱਚ ਖਰੀਦਣ ਕੋਈ ਨਹੀਂ ਆਇਆ ਜੀ। ਲਗਭਗ ਸਾਨੂੰ ਅੱਜ ਆੜ੍ਹਤੀਆਂ ਤੋਂ ਪੁੱਛਦੇ ਹਾਂ ਕਿੰਨੇ ਦਿਨ ਹੋ ਗਏ ਵੀ ਕਿੰਨੇ ਦਿਨ, ਆੜ੍ਹਤੀ ਵੀ ਕਹਿੰਦੇ ਕਹਿੰਦੇ ਸੀ ਵੀ ਆਣ ਕੇ ਖਰੀਦਣ, ਅਜੇ ਤੱਕ ਤਾਂ ਕੋਈ ਆਇਆ ਨਹੀਂ ਜੀ, ਬਹੁਤ ਪਰੇਸ਼ਾਨ ਹੈ ਜੀ। ਮੰਡੀ 'ਚ ਕਿਸਾਨ ਆਪਣੀ ਫਸਲ ਉੱਤੇ ਪਹਿਰਾ ਦੇ ਰਿਹਾ ਹੈ, ਖਰੀਦਦਾਰ ਦਾ ਇੰਤਜ਼ਾਰ ਕਰ ਰਿਹਾ ਹੈ, ਪਰ ਕਿਤੋਂ ਵੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਦਰਅਸਲ ਕਿਸਾਨਾਂ ਦੀ ਫਸਲ ਮੰਡੀ 'ਚ ਆੜ੍ਹਤੀਆਂ ਅਤੇ ਰਾਈਸ ਮਿਲਰਸ ਦੇ ਆਪਸੀ ਲੈਣ ਦੇਣ ਦੇ ਵਿਵਾਦ ਦੇ ਵਿੱਚ ਫਸ ਗਈ ਹੈ। ਕਿਸਾਨ ਆਗੂ ਪ੍ਰਵੀਨ ਤੰਜੂ ਦੇ ਮੁਤਾਬਕ ਰਾਈਸ ਮਿਲਰਸ ਨੇ ਪਿਛਲੀ ਫਸਲ ਦਾ ਤਕਰੀਬਨ 30 ਕਰੋੜ ਰੁਪਇਆ ਆੜ੍ਹਤੀਆਂ ਦਾ ਦੇਣਾ, ਅਤੇ ਪੁਰਾਣੀ ਅਦਾਇਗੀ ਰੁਕੀ ਹੋਣ ਦੀ ਵਜ੍ਹਾ ਨਾਲ ਆੜ੍ਹਤੀਆਂ ਨੇ ਰਾਈਸ ਮਿਲਰਸ ਦੇ ਲਈ ਬਾਸਮਤੀ ਦੀ ਖਰੀਦ ਤੋਂ ਹੱਥ ਖਿੱਚ ਲਏ ਨੇ। ਹਾਲਾਂਕਿ ਰਾਈਸ ਮਿਲਰਸ ਐਸੋਸੀਏਸ਼ਨ ਪੰਜਾਬ ਦੇ ਮੁਖੀ ਅਸ਼ੋਕ ਗਰੋਵਰ ਦੇ ਮੁਤਾਬਕ ਭਾਰੀ ਮੰਦੀ ਦੀ ਵਜ੍ਹਾ ਦੇ ਨਾਲ ਕਈ ਰਾਈਸ ਮਿਲਰਸ ਨੇ ਆੜ੍ਹਤੀਆਂ ਦੀ ਅਦਾਇਗੀ ਰੋਕ ਰੱਖੀ ਹੈ, ਪਰ ਗੱਲਬਾਤ ਦੇ ਜ਼ਰੀਏ ਇਸ ਦਾ ਹੱਲ ਕੱਢ ਲਿਆ ਜਾਵੇਗਾ। ਪਰ ਉਹ ਮੇਰੇ ਖਿਆਲ ਆਪਸੀ ਉਹ ਆੜ੍ਹਤੀਆਂ ਨੂੰ ਅੱਛੀ ਤਰ੍ਹਾਂ ਬਿਜ਼ਨਸ ਦਾ ਪਤਾ ਹੈ ਅਤੇ ਕੋਈ ਇਸ਼ੂ ਨਹੀਂ ਹੈ, ਉਹ ਵੀ ਸੈਟਲ ਹੋ ਜਾਏਗਾ, ਆ ਗੱਲਬਾਤ ਚੱਲ ਰਹੀ ਹੈ, ਹੋ ਜਾਏਗਾ। ਉੱਥੇ ਮਾਰਕੀਟ ਕਮੇਟੀ ਦੇ ਸਕੱਤਰ ਫਸਲ ਦੀ ਖਰੀਦ ਨਹੀਂ ਹੋਣ ਦੀ ਵਜ੍ਹਾ ਨਮੀ ਨੂੰ ਜ਼ਿਆਦਾ ਹੋਣ ਦੱਸ ਰਹੇ ਨੇ। ਸਾਡੇ ਕੋਲ ਇੱਥੇ ਫਾਜ਼ਿਲਕਾ ਮੰਡੀ ਵਿੱਚ 3500 ਕੁਇੰਟਲ ਬਾਸਮਤੀ ਪਹੁੰਚੀ ਹੈ, ਫਲ ਤੋਂ ਆਈ ਆ ਰਹੀ ਹੈ, ਅਤੇ ਇਹਦੇ 'ਚ ਕੁਛ ਮੋਇਸਚਰ ਦੀ ਪ੍ਰੋਬਲਮ ਹੈ, ਕੁਛ ਅਨਕਲੀਨ ਨੇ ਢਰੀਆਂ, ਉਹ ਕਰਕੇ ਅਤੇ ਇਹਦੀ ਜਲਦੀ ਤੋਂ ਜਲਦੀ ਬੋਲੀ ਕਰਾ ਦਿੱਤੀ ਜਾਏਗੀ। ਕੋਈ ਨਮੀ ਨੂੰ ਵਜ੍ਹਾ ਦੱਸ ਰਿਹਾ ਤਾਂ ਕੋਈ ਆੜ੍ਹਤੀਆਂ ਨੂੰ ਅਤੇ ਰਾਈਸ ਮਿਲਰਸ ਦੇ ਵਿਵਾਦ ਨੂੰ। ਖੈਰ ਜੋ ਵੀ ਹੋਵੇ, ਪਰ ਪਰੇਸ਼ਾਨ ਤਾਂ ਕਿਸਾਨ ਹੈ ਉਹ ਜੋ ਦੇਸ਼ ਦਾ ਢਿੱਡ ਭਰਦਾ ਏ। ਸੁਨੀਲ ਨਾਗਪਾਲ, ਜ਼ੀ ਮੀਡੀਆ, ਫਾਜ਼ਿਲਕਾ। ਜੀ ਹਾਂ, ਕਿਸਾਨ ਹੀ ਪਰੇਸ਼ਾਨ ਹੋ ਰਿਹਾ ਹੈ। ਸਵਾਲ ਇਹ ਹੈ ਕਿ ਜੇਕਰ ਰਾਈਸ ਮਿਲਰਸ ਜਾਂ ਆੜ੍ਹਤੀਆਂ ਦੇ ਵਿਚਾਲੇ ਕੋਈ ਵਿਵਾਦ ਸੀ ਤਾਂ ਉਸਨੂੰ ਪਹਿਲਾਂ ਕਿਉਂ ਨਹੀਂ ਸੁਲਝਾਇਆ ਗਿਆ? ਕਿਉਂਕਿ ਸਭ ਜਾਣਦੇ ਨੇ ਕਿ 1 ਅਕਤੂਬਰ ਤੋਂ ਮੰਡੀਆਂ ਦੇ ਵਿੱਚ ਝੋਨਾ ਆਉਣਾ ਸ਼ੁਰੂ ਹੋ ਜਾਏਗਾ। ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਪਹਿਲਾਂ ਇਹ ਵਿਵਾਦ ਨਹੀਂ ਸੁਲਝਾਇਆ ਜਾਣਾ ਚਾਹੀਦਾ ਸੀ। ਖੈਰ, ਉਮੀਦ ਕਰਾਂਗੇ ਕਿ ਜਲਦ ਇਹ ਵਿਵਾਦ ਸੁਲਝੇਗਾ ਅਤੇ ਕਿਸਾਨਾਂ ਦੀ ਫਸਲ ਜੋ ਚੁੱਕੀ ਜਾਏਗੀ ਉਹ ਵਿਕੇਗੀ।